ਐਂਬੂਲੈਂਸ ਅਤੇ ਟਰੱਕ ਦੇ ਵਿਚਾਲੇ ਟੱਕਰ ਹੋਈ ਹੈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਂਬੂਲੈਂਸ 'ਚ ਸਵਾਰ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਇੱਕ ਮਹਿਲਾ ਮਰੀਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਐਂਬੂਲੈਂਸ ਅਤੇ ਟਰੱਕ ਦੇ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਜੰਮੂ ਤੋਂ ਲੁਧਿਆਣਾ ਨੂੰ ਐਂਬੂਲੈਂਸ ਆ ਰਹੀ ਸੀ ਅਤੇ ਰਾਹ 'ਚ ਇੱਕ ਗੱਡੀ ਨੂੰ ਸਾਈਡ ਦਿੰਦੇ ਇਹ ਜੋ ਐਂਬੂਲੈਂਸ ਸੀ ਇਹ ਖੜ੍ਹੇ ਟਰੱਕ ਦੇ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰਿਆ। ਐਂਬੂਲੈਂਸ ਦੇ ਵਿੱਚ ਮਰੀਜ਼ ਸੀਗੇ ਔਰ 5 ਮਰੀਜ਼ ਦੱਸੇ ਜਾ ਰਹੇ ਨੇ ਕਿ ਗੰਭੀਰ ਜ਼ਖਮੀ ਨੇ ਔਰ ਉਹਨਾਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਲੈ ਕੇ ਉਹਨਾਂ ਨੂੰ ਵੱਖ-ਵੱਖ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਪਰ ਇਸ ਹਾਦਸੇ ਦੌਰਾਨ ਇੱਕ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ ਔਰ ਜੰਮੂ ਤੋਂ ਲੁਧਿਆਣਾ DMC ਹਸਪਤਾਲ ਵਿਖੇ ਐਂਬੂਲੈਂਸ ਮਰੀਜ਼ਾਂ ਨੂੰ ਲੈ ਕੇ ਆ ਰਹੀ ਸੀ ਅਤੇ ਰਾਹ ਦੇ ਵਿਚਾਲੇ ਇਹ ਵੱਡਾ ਹਾਦਸਾ ਵਾਪਰਿਆ। ਤੁਹਾਨੂੰ ਦੱਸ ਦਈਏ ਕਿ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਇਹ ਹਾਦਸਾ ਵਾਪਰਿਆ, ਜਿਸ ਦੇ ਦੌਰਾਨ 5 ਮਰੀਜ਼ ਜ਼ਖਮੀ ਹੋਏ ਨੇ ਅਤੇ ਇੱਕ ਮਹਿਲਾ ਮਰੀਜ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਦੇ ਮੁਤਾਬਿਕ ਉਹ ਰਾਹ ਦੇ ਵਿੱਚ ਇੱਕ ਗੱਡੀ ਨੂੰ ਸਾਈਡ ਦੇਣ ਲਈ ਥੋੜ੍ਹਾ ਐਂਬੂਲੈਂਸ ਨੂੰ ਉਸਨੇ ਸਾਈਡ ਕੀਤਾ, ਜਿਸ ਤੋਂ ਬਾਅਦ ਉਹ ਸਿੱਧਾ ਇੱਕ ਖੜ੍ਹੇ ਟਰੱਕ ਦੇ ਵਿੱਚ ਜਾ ਵੱਜੀ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਂਬੂਲੈਂਸ ਦਾ ਜੋ ਅਗਲਾ ਹਿੱਸਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਚਕਨਾ ਚੂਰ ਹੋਇਆ ਔਰ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਂਬੂਲੈਂਸ ਅਤੇ ਟਰੱਕ ਦੇ ਵਿਚਾਲੇ ਟੱਕਰ ਕਿੰਨੀ ਜ਼ੋਰਦਾਰ ਸੀ। ਤਾਂ ਵੱਡੀ ਖਬਰ ਟਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਐਂਬੂਲੈਂਸ ਅਤੇ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਔਰ ਇਸ ਹਾਦਸੇ ਦੇ ਦੌਰਾਨ 5 ਮਰੀਜ਼ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਅਤੇ ਇੱਕ ਮਹਿਲਾ ਮਰੀਜ਼ ਦੀ ਮੌਤ ਹੋਈ ਹੈ। ਮੈਂ ਜੰਮੂ ਤੋਂ ਆਇਆ ਸੀ, DMC ਲੁਧਿਆਣੇ ਜਾ ਰਹੇ ਸੀ, ਮੇਰੇ ਕੋਲ 6-7 ਬੰਦੇ ਸੀ। ਜਿਸ ਤਰ੍ਹਾਂ ਮੈਂ ਗੱਡੀ ਲੈ ਕੇ ਜਾ ਰਹੀ, ਪਿੱਛੋਂ ਕੋਈ ਗੱਡੀ ਆਈ ਹੈ ਛੋਟੀ, ਉਹਨੂੰ ਮੈਂ ਸਾਈਡ ਦਿੱਤੀ ਥੋੜ੍ਹੀ ਜਿਹੀ ਅਤੇ ਅੱਗੇ ਟਰੱਕ ਖੜ੍ਹਾ ਸੀ ਵਿੱਚ ਰਸਤੇ 'ਤੇ, ਜਾ ਗੱਡੀ ਉਹਦੇ ਸਾਈਡ 'ਤੇ ਲੱਗੀ ਟਰੱਕ। ਲੁਧਿਆਣੇ ਜਾ ਰਹੇ ਸੀ, ਕਿੱਥੋਂ, ਕਿਹੜਾ ਹੋਸਪਿਟਲ ਤੋਂ? ਬਖਸ਼ੀ ਨਗਰ ਜੰਮੂ ਤੋਂ ਜਾ ਰਹੇ GMC। ਪੇਸ਼ੈਂਟ ਦਾ ਨਾਂ ਕੀ ਸੀ ਜਿਹਨੂੰ ਤੁਸੀਂ ਲੈ ਰਹੇ ਸੀ? ਪੇਸ਼ੈਂਟ ਦਾ ਨਾਂ ਨਹੀਂ ਸਾਨੂੰ ਪਤਾ ਹੁੰਦਾ ਸੀ, ਡਰਾਈਵਰ ਆ। ਅੱਛਾ, ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ? ਪ੍ਰਾਈਵੇਟ। ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3 ਵਜੇ ਸਾਡੇ ਕੋਲ 4 ਪੇਸ਼ੈਂਟ ਲੈ ਕੇ ਆਏ, 108 ਐਂਬੂਲੈਂਸ ਆਈ ਸੀਗੀ। ਉਹਨੇ ਟੱਕਰ ਸਾਹਿਬ ਗੁਰਦੁਆਰਾ ਦੇ ਲਾਗੇ ਉਹਦੇ ਐਕਸੀਡੈਂਟ ਹੋਇਆ ਸੀਗਾ ਐਂਬੂਲੈਂਸ ਦਾ। ਜੰਮੂ ਤੋਂ ਆ ਰਹੇ ਸੀਗੇ ਉਹ, ਐਂਬੂਲੈਂਸ ਉਹ ਰੈਫਰ ਹੋ ਕੇ ਆ ਰਹੇ ਸੀਗੇ ਉਧਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ, ਅਤੇ ਔਨ ਦੀ ਸਪੋਟ ਜਿਹੜੇ ਉੱਥੇ ਸੀਗੇ 4 ਪੇਸ਼ੈਂਟ ਦੇ ਵਿੱਚੋਂ ਇੱਕ ਦੀ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ। ਅਤੇ ਸਾਡੇ ਕੋਲ 3 ਪੇਸ਼ੈਂਟ ਆਏ ਨੇ ਇੱਥੇ, 3.75 ਦੇ ਕਰੀਬ। ਇੱਕ ਨੂੰ ਮੁਕੇਨੀਆ ਰੈਫਰ ਕਰ ਦਿੱਤਾ ਗਿਆ ਸੀ, ਜਿਹੜਾ ਡਰਾਈਵਰ ਸੀਗਾ। ਅਤੇ ਜਿਹੜੇ 3 ਪੇਸ਼ੈਂਟ ਸੀਗੇ, 3 ਦੇ ਵਿੱਚੋਂ ਇੱਕ ਜੇ ਜ਼ਿਆਦਾ ਸੀਰੀਅਸ ਸੀਗਾ, ਉਹਦੇ ਬ੍ਰੇਨ ਹੈਮਰੇਜ ਹੋਇਆ ਸੀਗਾ ਅਤੇ ਬਸ ਉਹ ਸਕਲ ਕੰਪਲੀਟਲੀ ਉਹ ਵਿਜ਼ੀਬਲ ਹੋ ਗਿਆ ਸੀਗਾ, ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ। ਅਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ। ਅਤੇ 2 ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ, ਇੱਕ ਦੀ ਡੈਥ ਹੋ ਗਈ ਹੈ, ਉਹਨੂੰ ਆਪਾਂ ਇੱਥੇ ਮੋਰਚੇ 'ਚ ਰਖਾ ਲਿਆ। ਅਤੇ ਫਿਲਹਾਲ ਸਾਰੇ ਕੇਸ ਜਿਹੜੇ ਰੈਫਰਡ ਨੇ ਇਸ ਵੇਲੇ। ਡਾਕਟਰ, ਉਹ ਲੇਡੀ ਔਨ ਦੀ ਸਪੋਟ ਡੈਥ ਹੋ ਗਈ ਸੀ ਉਹਦੀ, ਅਤੇ ਫਿਲਹਾਲ ਬੋਡੀ ਅਸੀਂ ਮੋਰਚੇ 'ਚ ਰਖਾਈ ਹੋਈ ਹੈ।